ਮੇਰੇ ਫਾਈਲ 'ਚ ਪ੍ਰੋਬਲਮ ਤਾਂ ਪਹਿਲਾਂ ਕਹਿ ਲਓ ਕੰਸਲਟੈਂਸੀ 'ਚ ਹੀ ਮੇਨ ਪ੍ਰੋਬਲਮ ਆਈ, ਜਿਵੇਂ ਕਾਲੀ ਕਾਲੀ 'ਚ ਵੀ ਮੇਰੇ ਖਿਆਲ ਨਾਲ ਉਹਨਾਂ ਦਾ ਮੇਨ ਮੋਟਿਵ ਇਹ ਹੁੰਦਾ ਵੀ ਜੇ ਉਹਨਾਂ ਕੋਲ, ਕਿਉਂਕਿ ਬਹੁਤ ਵੱਡੀ ਕੰਪਨੀ ਆ, ਸਭ ਕੁਝ ਬਹੁਤ ਬਿਜ਼ੀ ਹੁੰਦੇ ਨੇ, ਮੇਨ ਫੋਕਸ ਉਹਨਾਂ ਦਾ ਇਹ ਰਹਿੰਦਾ ਵੀ ਬੱਚਾ ਆਵੇ, ਫੀਸ ਕਰਾਈ ਜਾਂ ਫਿਰ ਡਿਪੋਜ਼ਿਟ, ਕਾਲਜ ਤੋਂ ਕਮਿਸ਼ਨ ਆ ਗਿਆ, ਡੈਟ ਸੀਟ ਸਾਡੀ ਗੱਲ ਖਤਮ, ਵੀਜ਼ਾ ਲੱਗੇ ਬੱਚੇ ਦਾ ਨਾ ਹੋਵੇ ਉਹ ਬੱਚੇ ਦੀ ਜ਼ਿੰਮੇਵਾਰੀ ਆ, ਤਾਂ ਇਸ ਹਿਸਾਬ ਨਾਲ ਬਹੁਤ ਪੈਸੇ ਖਰਾਬ ਹੋਏ, ਸਭ ਕੁਛ ਹੋਇਆ। ਚਲੋ ਉਹਨਾਂ ਨੇ ਕਾਲੀ ਕਾਲੀ 'ਚ ਫਾਈਲ ਲੌਜ ਕਰਤੀ, ਫਾਈਲ ਲੌਜ ਕਰਕੇ ਜਿੱਦਣ ਮੇਰੇ ਬਾਇਓਮੈਟ੍ਰਿਕ ਸੀਗੇ ਉੱਦਣ ਬਾਇਓਮੈਟ੍ਰਿਕ ਦੁਪਹਿਰ ਨੂੰ 2 ਵਜੇ ਹੋਏ ਅਤੇ ਰਾਤ ਨੂੰ 12 ਵਜੇ ਰਿਫਿਊਜ਼ ਲੱਗ ਗਈ, ਅਤੇ ਬਾਅਦ ਤੋਂ ਆਕਾਸ਼ ਇਮੀਗ੍ਰੇਸ਼ਨ ਤੋਂ ਮੈਂ ਸਾਰੀ ਫਾਈਲ ਹੋਈ ਸੀਗੀ ਸੇਮ, ਆਕਾਸ਼ ਇਮੀਗ੍ਰੇਸ਼ਨ ਨੇ ਮੇਰੀ ਫਾਈਲ SOP ਲਿਖੀ, ਤੁਸੀਂ ਸਭ ਨੇ ਬਹੁਤ ਸੋਹਣਾ ਟਾਈਮ ਲਿਆ ਵਿੱਚ ਉਹਨੂੰ ਪੂਰੀ ਤਰ੍ਹਾਂ ਲਿਖਿਆ, ਮੈਨੂੰ ਵੀ ਚੈੱਕ ਕਰਾਈ, ਮੈਂ ਵੀ ਆਪਣਾ ਫਿਰ ਰੀਚੈੱਕ ਦੁਆਰਾ ਕਰੈਕਟ ਕੀਤੀ, ਉਹ ਤੋਂ ਬਾਅਦ ਆਪਾਂ ਆਰਾਮ ਆਰਾਮ ਨਾਲ ਸਾਰੀ ਫਾਈਲ ਲੌਜ ਕੀਤੀ, ਤਾਂ ਉਹ ਮੇਰਾ ਵਧੀਆ ਪ੍ਰੋਫੈਸਰ ਆ ਜਿਹਦੇ ਨਾਲ ਫਿਰ ਹੁਣ ਮੇਰਾ। ਫਿਰ ਜੇ ਅਸੀਂ ਡਿਫਰੈਂਸੀਏਸ਼ਨ ਕਰਨੀ ਹੋਵੇ ਜੀ, ਵੀ ਇੱਕ ਤੁਸੀਂ ਫਾਈਲ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿਸੇ ਬਹੁਤ ਵੱਡੀ ਕੰਪਨੀ ਤੋਂ ਆਪਾਂ ਫਾਈਲ ਲਗਾਈ, ਸੋ ਕਿਆ ਕੰਪਨੀ ਵੱਡੀ ਹੋਣੀ ਮੈਟਰ ਕਰਦੀ ਹੈ ਜਾਂ ਜ਼ਿਆਦਾ ਇੰਪੋਰਟੈਂਟ ਇਹ ਹੈ ਵੀ ਤੁਹਾਡਾ ਕੰਸਲਟੈਂਟ ਤੁਹਾਨੂੰ ਕਿੰਨੀ ਕੁ ਸਪੋਰਟ ਔਰ ਕਿੰਨੀ ਕੁ ਤੁਹਾਡੇ ਫਾਈਲ ਦੇ ਵਿੱਚ ਮਿਹਨਤ ਕਰ ਰਿਹਾ ਜੀ? ਮੇਨ ਤਾਂ ਮੈਂ ਮਿਹਨਤ ਹੀ ਆ ਜੋ ਫਾਈਲ ਦੇ ਵਿੱਚ ਲਾਉਣੀ ਆ, ਜੋ ਕੰਸਲਟੈਂਟ ਨੇ ਲਾਉਣੀ ਆ ਵੀ ਬੱਚੇ ਨੂੰ ਸਹੀ ਗਾਈਡ ਕਰਨਾ। ਚਲੋ, ਵੀ ਵਿਸ਼ ਐਂਡ ਪ੍ਰੇ ਤੁਹਾਡਾ ਆਉਣ ਵਾਲਾ ਟਾਈਮ ਬਹੁਤ ਹੀ ਵਧੀਆ ਹੋਵੇ, ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ, ਗੋਡ ਬਲੈਸ ਯੂ। ਥੈਂਕ ਯੂ।